गुड मॉर्निंग एवरी वन दिस इज संदीप कौर योर सोशल साइंस टीचर एंड टूडे आवर टॉपिक लास्ट टॉपिक ऑफ द चैप्टर ऑर्डनरी पीपल एंड द क्राइम अगेंस्ट ओके ए लास्ट चैप्टर है हम ऑलरेडी सब कुछ आ, पढ़ चुके हैं डिस्कस कर चुके हैं ਕਿਵੇਂ ਹਿੱਟ ਲੋ ਜਿਹੜਾ ਹੈਗਾ ਉਹਨੇ ਇੱਕ ਸਾਰਾ ਸਾਰਾ ਜਿਹੜਾ ਪਲਾਨ ਬਣਾਇਆ ਕਿ ਕਿਵੇਂ ਇੱਕ ਨੋਰਡਿਕ ਜਰਮਨ ਜਰਮਨੀ ਨੂੰ ਬਣਾਉਣਾ ਚਾਹੁੰਦਾ ਹੈਗਾ ਠੀਕ ਹੈ ਅ ਔਰ ਕਿਵੇਂ ਉਹਨਾਂ ਨੇ ਜਿਹੜਾ ਸਭ ਕੁਝ ਪਲਾਨ ਕੀਤਾ ਔਰ ਉਹਨੂੰ ਅਪਲਾਈ ਕਰਨ ਦੀ ਵੀ ਕੋਸ਼ਿਸ਼ ਕੀਤੀ ਬਟ ਜਿਵੇਂ ਹੀ ਜਿਹੜਾ ਉਹ ਯੁੱਧ ਹਾਰ ਜਾਂਦੇ ਆ ਸੈਕੰਡ ਵਰਲਡ ਵਾਰ ਚ ਉਹਨਾਂ ਦੀ ਹਾਰ ਹੋ ਜਾਂਦੀ ਹੈ ਉਹਨਾਂ ਨੂੰ ਸਰੈਂਡਰ ਕਰਨਾ ਪੈਂਦਾ ਥੈਨ ਉਸ ਟਾਈਮ ਤੇ ਆ ਕੇ ਦੁਨੀਆ ਨੂੰ ਪਤਾ ਲੱਗਦਾ ਹੈ ਕਿ ਜਰਮਨੀ ਵਿੱਚ ਕੀ ਹੋ ਰਿਹਾ ਹੈ ਕਿ ਕੀ ਕੀ ਹੋ ਰਿਹਾ ਹੈ ਉਦੋਂ ਤੋਂ ਪਹਿਲਾਂ ਜਨਮਨੀ ਵਿੱਚ ਕੀ ਹੁੰਦਾ ਪਿਆ ਕਿਸੇ ਨੂੰ ਬਾਹਰ ਪਤਾ ਨਹੀਂਗਾ ਇੱਕ ਆਪਾਂ ਇਹ ਵੀ ਪੜਿਆ ਆ ਕਿ ਉਹ ਕੋਡ ਲੈਂਗੁਏਜ ਯੂਜ਼ ਕਰਦੇ ਹੀਗੇ ਸੋ ਇਹ ਵੀ ਇੱਕ ਰੀਜ਼ਨ ਹੀਗਾ ਕਿ ਕੋਡ ਲੈਂਗੁਏਜ ਯੂਜ਼ ਕਰਨਾ ਕਰਕੇ ਕਿਸੇ ਨੂੰ ਕੋਈ ਵੀ ਪਤਾ ਨਹੀਂ ਲੱਗਦਾ ਕਿ ਕੀ ਹੁੰਦਾ ਪਿਆ ਜਾਂ ਕੀ ਹੋਣਾ ਚਾਹੀਦਾ ਬਾਕੀ ਇਹ ਵੀ ਹੈ ਕਿ ਉਸ ਟਾਈਮ ਦੇ ਦਾ ਇਲੈਕਟ੍ਰੋਨਿਕ মিডিਆ ਹੈਗਾ ਉਹ ਇੰਨਾ ਜ਼ਿਆਦਾ ਚਰਚਿਤ ਨਹੀਂ ਹੈਗਾ ਜਿਹੜੇ ਕਮਿਊਨੀਕੇਸ਼ਨ ਦੇ ਮੀਨਸ ਸੀਗੇ ਉਹ ਟਰਾਂਸਪੋਰਟ ਦੇ ਮੀਨਸ ਵੀ ਇੰਨੇ ਜ਼ਿਆਦਾ ਨਹੀਂ ਹੈਗੇ ਸੋ ਇਹ ਸਾਰੇ ਵੀ ਰੀਜ਼ਨਸ ਰਹਿ ਕੇ ਦੁਨੀਆ ਨੂੰ ਪਤਾ ਹੀ ਨਹੀਂ ਚੱਲਿਆ ਕਿ ਜਿਹੜਾ ਇੰਨੀ ਬੁਰੀ ਤਰੀਕੇ ਨਾਲ ਜੂਸ ਨੂੰ ਜਾਂ ਬਾਕੀ ਕਮਿਊਨਿਟੀਜ਼ ਨੂੰ ਜਿਹੜਾ ਹੈਗਾ ਉਹ ਜਰਮਨੀ ਵੈ ਟਰੀਟ ਕੀਤਾ ਜਾਂਦਾ ਰਿਹਾ ਅ ਨੈਕਸਟ ਦੇ ਬੱਚੇ ਕਿੰਨੇਗੇ ਬਹੁਤ ਸਾਰੇ ਲੋਕ ਹੀਗੇ ਜਿਨ੍ਹਾਂ ਨੇ ਦੇਖਿਆ ਜਿਹੜੇ ਕਿ 나ਜ਼ੀ ਆਈਸ ਦੇ ਨਾਲ ਦੇਖਦੇ ਜਾਨੀ ਕਿ ਜਿਹੜੇ 나ਜ਼ੀ ਜਰਮਨੀ ਦੇ ਜਿਹੜੇ ਬਿਲਕੁਲ ਸਮਰਥਕ ਹੀਗੇ ਠੀਕ ਹੈ ਔਰ ਉਹ ਉਹੀ ਬੋਲਦੇ ਨੇ 나ਜ਼ੀ ਲੈਂਗੁਏਜ ਬੋਲਦੇ ਨੇ ਜਿੱਦਾਂ ਦਾ ਦਾ ਮਾਈਂਡਸੈਟ ਬਣਾ ਦਿੱਤਾ ਗਿਆ ਹੈਗਾ ਸੋ ਜਿਹੜਾ ਕੰਟੀਨਿਊ ਪ੍ਰੋਪਗਾਂਡਾ ਚਲਾਇਆ ਜਾਂਦਾ ਹੈ ਜੂਸ ਦੇ ਖਿਲਾਫ ਉਹਦੇ ਨਾਲ ਕੀ ਹੁੰਦਾ ਹੈ ਕਿ ਉਹਦੇ ਨਾਲ ਆਮ ਲੋਕ ਜਿਹੜੇ ਉਹ ਵੀ ਜੂਸ ਨੂੰ ਨਫ਼ਰਤ ਕਰਨ ਲੱਗ ਪੈਂਦੇ ਆ ਬਹੁਤ ਸਾਰੇ ਲੋਕ ਠੀਕ ਹੈ ਸਾਰੇ ਨਹੀਂ ਬਹੁਤ ਸਾਰੇ ਔਰ ਜਿਹੜਾ ਹੈਗਾ ਹੈ ਕਿ ਉਹਦੇ ਜਿਹੜੇ ਹਾਊਸਸ ਹੁੰਦੇ ਜੂਜ਼ ਦੇ ਉਹਨਾਂ ਨੂੰ ਮਾਰਕ ਕੀਤਾ ਜਾਂਦਾ ਉਹਨਾਂ ਤੇ ਸਪੈਸ਼ਲ ਸਾਈਨ ਲਾਏ ਜਾਂਦੇ ਉਹਨਾਂ ਦੇ ਪਾਸਪੋਰਟਸ ਦੇ ਨੂੰ ਮਾਰਕ ਕੀਤਾ ਜਾਂਦਾ ਸਪੈਸ਼ਲੀ ਠੀਕ ਹੈ ਔਰ ਜਿਹੜੇ ਉਹਨਾਂ ਦੇ ਜਿਹੜੇ ਨੇਬਰਸ ਹੈਗੇ ਉਹਨਾਂ ਨੂੰ ਸਸਪੀਸ਼ੀਅਸ ਵੇ ਨਾਲ ਵੇਖਣ ਲੱਗ ਪੈਂਦੇ ਆ ਯਾਨੀ ਕਿ ਉਹਨਾਂ ਨੂੰ ਸ਼ੱਕ ਦੀ ਨਜ਼ਰਾਂ ਨਾਲ ਦੇਖਣਾ ਪੈਂਦਾ ਕਿ ਪਤਾ ਨਹੀਂ ਇਹਨਾਂ ਨੇ ਮਤਲਬ ਕੁਝ ਗਲਤੀ ਕੀਤਾ ਹੋਏਗਾ ਤੇ ਆਬਵੀਅਸ ਇਹਨਾਂ ਨਾਲ ਇਹ ਬਿਹੇਵੀਅਰ ਜਿਹੜਾ ਉਹ ਕੀਤਾ ਜਾ ਰਿਹਾ ਹੈ ਔਰ ਹੌਲੀ ਹੌਲੀ ਜਿਹੜਾ ਹੈ ਉਹ ਇਸਾਰੇ ਲੋਕਾਂ ਦੇ ਇੱਕਦਮ ਮਾਈਂਡ ਸੈਟਅਪ ਬਣਾ ਦਿੱਤਾ ਜਾਂਦਾ ਹੈ ਕਿ ਇਹ ਸਭ ਕੁਝ ਜੋ ਵੀ ਨਾਜ਼ੀਜ਼ ਕਰ ਰਹੇ ਨੇ ਉਹ ਸਭ ਕੁਝ ਜਿਹੜਾ ਹੈ ਉਹਨਾਂ ਦੇ ਲਈ ਇੱਕ ਪ੍ਰੋਸਪੈਰਿਟੀ ਲੈ ਕੇ ਆਵੇਗਾ ਇੱਕ ਵਧੀਆ ਦੇਸ਼ ਲੈ ਕੇ ਆਵੇਗਾ ਕਿ ਵਧੀਆ ਟਾਈਮ ਲੈ ਕੇ ਆਵੇਗਾ ਠੀਕ ਹੈ ਬਟ ਸਾਰੇ ਲੋਕ ਐਵੇਂ ਨਹੀਂ ਹੀਗੇ ਠੀਕ ਹੈ ਕੁਝ ਲੋਕ ਜਿਹੜੇ ਐਵੇਂ ਦੇ ਵੀ ਹੀਗੇ ਜਿਹੜੇ ਕਿ ਇਹਦੇ ਖਿਲਾਫ ਇਹਦਾ ਰਿਸਿਸਟੈਂਸ ਕਰ ਰਹੇ ਹੈ ਜਾਨੀ ਕਿ ਇਹਦਾ ਵਿਰੋਧ ਕਰਨ ਵਾਲੇ ਵੀ ਕੁਝ ਲੋਕ ਹੈਗੇ ਹੀਗੇ ਠੀਕ ਹੈ ਬਟ ਉਹਨਾਂ ਦਾ ਇਹ ਹੀ ਹੈਗਾ ਕਿ ਅਗਰ ਕੋਈ ਉਹਦਾ ਵਿਰੋਧ ਕਰਦਾ ਹੈ देन ਉਹਦੇ ਲਈ ਵੀ ਸੇਮ ਜਿਹੜਾ ਟਰੀਟਮੈਂਟ ਹੀਗਾ ਉਹ ਰੱਖਿਆ ਗਿਆ ਹੀਗਾ ਜਿਹੜੀ ਲਾਰਜ ਮジョਰਿਟੀ ਹੈਗੀ ਜਰਮਨਸ ਦੀ ਉਹ ਪੈਸਿਵ ਔਨ ਲੁਕਰਸ ਮਤਲਬ ਉਹ ਜਸਟ ਪੈਸਿਵਲੀ ਵੇਖਦੇ ਪਏ ਹੈ ਉਹ ਕੁਝ ਨਹੀਂ ਹੀ ਕਹਿੰਦੇ ਪਏ ਉਹਨਾਂ ਦਾ ਜਿਹੜਾ ਬਿਹੇਵੀਅਰ ਹੈਗਾ ਬਿਲਕੁਲ ਉਦਾਸੀਨ ਹੀਗਾ ਪੈਥ ਪੈਥਿਕ ਠੀਕ ਹੈ ਜਿਹੜਾ ਉਹਨਾਂ ਦਾ ਬਿਹੇਵੀਅਰ ਹੀਗਾ ਸੋ ਉਹ ਬਿਲਕੁਲ ਪੈਸਿਵ ਹੀ ਗਏ ਔਰ ਕੋਈ ਮੂਵਮੈਂਟ ਨਹੀਂ ਨਾ ਤੋਂ ਉਹ ਸਮਰਥਨ ਕਰਦੇ ਪਏ ਹੈ ਔਰ ਨਾ ਹੀ ਕੁਝ ਉਹਨੂੰ ਵਿਰੋਧ ਕਰਦੇ ਪਏ ਹੈਗੇ ਨੈਕਸਟ ਹੈ ਬੱਚੇ ਇੱਕ ਹੈਗਾ ਹੈਗਾ ਨਾ ਰਿਸਿਸਟੈਂਟ ਫਾਈਟਰ ਰਿਸਿਸਟੈਂਸ ਫਾਈਟਰ ਕੌਣ ਹੈਗਾ ਇਹ ਨਾਮ ਕਿਉਂ ਉਹਨਾਂ ਦਾ ਲਿਖਿਆ ਹੋਇਆ ਹੈ ਨੇ ਪਾਸਟਰ ਨਿਊ ਮੋਲਰ ਠੀਕ ਹੈ ਪਾਸਟਰ ਨਿਊ ਮੋਲਰ ਜਿਹੜੇ ਹੈਗਾ ਉਹ ਇੱਕ ਕਹਿ ਸਕਦੇ ਆਪਾਂ ਕਿ ਇੱਕ ਸਿਟੀਜ਼ਨ ਹੈ ਜਿਹੜਾ ਕਾਫੀ ਬਿਜ਼ੀ ਲੈਂਡ ਹੈਗਾ ਔਰ ਇਹਨਾਂ ਗਲਤ ਚੀਜ਼ਾਂ ਦੇ ਖਿਲਾਫ ਉਹ ਕੰਟੀਨਿਊਸਲੀ ਬੋਲਦਾ ਹੈਗਾ ਠੀਕ ਹੈ ਉਹ ਉਹਨਾਂ ਨੇ ਆਪਣੀ ਕੀ ਕੀ ਆਏ ਉਹਨਾਂ ਨੇ ਆਪਣੇ ਕੁਝ ਪੋਇਮ ਦੇ ਵਿੱਚ ਕੁਝ ਕਿਆ ਆਇਆ ਰਣੇ ਕਿ ਜਿਹੜੇ ਲੋਕ ਸੀਗੇ ਉਹ ਇੱਕ ਇੱਕ ਮਤਲਬ ਅਨ ਇਮੈਜినਰੀ ਸਾਇਲੈਂਸ ਦੇ ਵਿੱਚ ਹੀਗੇ ਠੀਕ ਹੈ ਜਿਹਨੂੰ ਆਪਾਂ ਸੋਚ ਨਹੀਂ ਸਕਦੇ ਕਿ ਅਗਰ ਕਿਸੇ ਨੇ ਕੁਝ ਗਲਤ ਹੁੰਦਾ ਦੇਖਦੇ ਆ ਤਾਂ ਆਪਾਂ ਸੁਪੋਜ਼ ਕਰੋ ਕਿ ਥੋੜਾ ਬੋਧਾ ਤੇ ਮੂਵਮੈਂਟ ਕਰਦੇ ਆ ਕਿ ਹਾਂ ਚਲੋ ਗਲਤ ਨਾ ਕਰੋ ਉਹਦੇ ਨਾਲ ਬਟ ਲੋਕ ਇੱਕਦਮ ਸਾਇਲੈਂਸ ਸੀਗੇ ਇਹਨਾਂ ਸਭ ਕੁਝ ਗਲਤ ਹੁੰਦਾ ਵੇਖ ਕੇ ਵੀ ਇੱਕ ਆਮ ਜਰਮਨ ਲੋਕ ਜਿਹੜੇ ਸੀਗੇ ਉਹ ਬਿਲਕੁਲ ਚੁੱਪ ਹੀ ਹੈ ਠੀਕ ਹੈ ਹਾਲਾਂਕਿ ਉਹਨਾਂ ਦੇ ਸਾਹਮਣੇ ਜਿਹੜੇ ਹੈਗੇ ਉਹ ਇਹਨਾਂ ਬਰੂਟਲ ਵੇ ਦੇ ਨਾਲ ਜਿਹੜਾ ਕ੍ਰਾਈਮਸ ਕੀਤੇ ਜਾ ਰਹੇ ਹੈਗੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈਗਾ ਠੀਕ ਹੈ ਅ ਨੈਕਸਟ ਉਹਨਾਂ ਨੇ ਨਾ ਇੱਕ ਪੋਇਮ ਲਿਖੀ ਹੋਈ ਹੈ ਬੱਚੇ ਉਹਨਾਂ ਨੇ ਇੱਥੇ ਦਿੱਤੀ ਹੈ ਦੇਖੋ ਪੋਇਮ ਕੀ ਹੈ ਫਸਟ ਦੇ ਕੇਮ ਫਾਰ ਦਾ ਕਮਿਊਨਿਸਟ ਵੈਲ ਆਈ ਵਾਸ ਨਾਟ ਅ ਕਮਿਊਨਿਸਟ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਜਿਹੜੇ ਹੈਗੇ ਉਹ ਕਮਿਊਨਿਸਟ ਦੇ ਲਈ ਆਏ ਠੀਕ ਹੈ ਕੌਣ ਆਏ ਜਿਹੜੀ ਜਰਮਨ ਦੀ ਪੁਲਿਸ ਸੀਗੀ ਜਿਹੜੇ ਕਿ ਲੋਕਾਂ ਨੂੰ پکڑ ਕੇ ਮਾਰਦੇ ਸੀਗੇ ਠੀਕ ਹੈ देन ਉਹ ਕਹਿੰਦਾ ਕਿ ਮੈਂ ਇੱਕ ਕਮਿਊਨਿਸਟ ਨਹੀਂਗਾ ਸੋ ਮੈਂ ਕੁਝ ਨਹੀਂ ਕੀਤਾ ਇੱਕ ਆਰਡੀਨਰੀ ਪਰਸਨ ਦੇ ਬਾਰੇ ਉਹਨਾਂ ਨੇ ਲਿਖੀ ਹੈ ਠੀਕ ਹੈ देन ਉਹ ਕਹਿੰਦੇ देन ਦੇ ਕੇਮ ਫॉर द ਸੋਸ਼ਲ ਡੈਮੋਕ੍ਰੇਸੀ ਸੋਸ਼ਲ ਡੈਮੋਕ੍ਰੇਟਸ ਦੇ ਲਈ ਉਹ ਆਉਂਦੇ ਆ देन ਫਿਰ ਤੋਂ ਕਹਿੰਦਾ ਕਿ ਮੈਂ ਸੋਸ਼ਲ ਡੈਮੋਕ੍ਰੇਟ ਵੀ ਨਹੀਂਗਾ ਸੋ ਮੈਂ ਫਿਰ ਤੋਂ ਕੁਝ ਨਹੀਂ ਕੀਤਾ ਠੀਕ ਹੈ ਆ ਦੈਨ ਫਿਰ ਕਿਦ ਲਈ ਆਉਂਦੇ ਆ ਉਹ ਦੈਨ ਐਂਡ ਦੇ ਕੇਮ ਫਾਰ ਦਾ ਟ੍ਰੇਡ ਯੂਨੀਨਿਸਟ ਠੀਕ ਹੈ ਦੈਨ ਉਹ ਟ੍ਰੇਡ ਯੂਨੀਨਿਸਟ ਦੇ ਲਈ ਆਉਂਦੇ ਆ ਉਹ ਵਾਲੇ ਲੋਕ ਜਿਹੜੇ ਟ੍ਰੇਡ ਯੂਨੀయన్స్ ਬਣਾ ਕੇ ਰੱਖਦੇ ਹੈਗੇ ਉਹਨਾਂ ਦੇ ਲਈ ਆਉਂਦੇ ਆ ਦੈਨ ਉਹ ਫਿਰ ਅਗੇ ਕਹਿੰਦਾ ਹੈ ਕਿ ਆਈ ਵਾਸ ਨਾਟ ਅ ਟ੍ਰੇਡ ਯੂਨੀਨਿਸਟ ਠੀਕ ਹੈ ਸੋ ਉਹਨੇ ਫਿਰ ਕੁਛ ਨਹੀਂ ਕੋਈ ਮੂਵ ਨਹੀਂ ਕੀਤਾ ਉਹ ਉਹਨੇ ਮਤਲਬ ਨੈਕਸਟ ਹੈ ਕਿ ਐਂਡ ਦੈਨ ਦੇ ਕੇਮ ਫਾਰ ਜੂਜ਼ ਦੈਨ ਉਹ ਜੂਜ਼ ਨੂੰ ਲੈਣ ਆ ਗਏ ਠੀਕ ਹੈ ਵਨ ਬਾਏ ਵਨ ਜਿਹੜੀਆਂ ਸੁਸਾਇਟੀ ਦੇ ਡਿਫਰੈਂਟ ਗਰੁੱਪਸ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਉਹ ਟਾਰਗੇਟ ਕਰਦੇ ਰਹਿ ਹਾਂ ਬਟ ਆਈ ਵਾਸ ਨੋਟ ਅ ਜੂ ਸੋ ਆਈ ਡਿਡ ਲिटल ਸੋ ਕਿੰਦੀ ਮੈਂ ਤਾਂ ਜੂ ਨਹੀਂ ਹੀਗਾ ਠੀਕ ਹੈ ਮੈਂ ਯਹੂਦੀ ਨਹੀਂ ਹੀਗਾ ਸੋ ਮੈਂ ਥੋੜਾ ਬਹੁਤ ਕੁਝ ਕੀਤਾ ਬਟ ਕੋਈ ਜ਼ਿਆਦਾ ਨਹੀਂ ਕੀਤਾ ਥੈਨ ਵੈਨ ਦੇ ਕੇਮ ਫॉर ਮੀ ਥੇਅਰ ਵਾਸ ਨੋ ਵਨ ਲੈਫਟ ਹੂ ਕੁਡ ਸਟੈਂਡ ਅਪ ਫਰਮੀ ਕਹਿੰਦੇ ਦਨ ਉਹ ਫਿਰ ਜਿਹਨੂੰ ਲਾਸਟ ਮੇਰੀ ਵਾਰੀ ਵੀ ਆ ਜਾਂਦੀ ਹੈ ਇਦਾਂ ਇੱਕ ਇੱਕ ਕਰਕੇ ਲੋਕਾਂ ਨੂੰ ਉਹਦੇ ਪਕੜ ਕੇ ਲੈ ਗਏ ਜਾਂਦੇ ਆ ਦਨ ਮੇਰੇ ਲਈ ਖੜਨ ਵਾਲਾ ਵੀ ਉਸ ਟਾਈਮ ਤੇ ਕੋਈ ਨਹੀਂ ਹੁੰਦਾ ਇੱਕ ਸਿੰਬੋਲਿਕ ਪੋਇਮ ਹੈ ਜਿਹੜੀ ਕਿ ਲਿਖੀ ਗਈ ਹੈ ਔਰ ਇਹਦੇ ਵਿੱਚ ਮੇਨ ਜਿਹੜਾ ਸੈਂਟਰਲ ਆਈਡੀਆ ਪੋਇਮ ਦਾ ਕੀ ਹੈ ਕਿ ਜਿਹੜੇ ਲੋਕ ਹੀਗੇ ਉਹ ਬਿਲਕੁਲ ਚੁੱਪ ਹੀਗੇ ਇੰਨਾ ਸਭ ਕੁਝ ਗਲਤ ਹੁੰਦਾ ਵੇਖ ਕੇ ਵੀ ਠੀਕ ਹੈ ਦਨ ਕਹਿੰਦੇ ਜਦੋਂ ਕਿ ਜਦੋਂ ਜੂਜ਼ ਜਿਹੜੇ ਹੀਗੇ ਜਰਮਨੀ ਦੇ ਜੂਜ਼ ਸੀਗੇ ਉਹਨਾਂ ਨੂੰ ਮਤਲਬ ਐਵੇਂ ਉਹਨਾਂ ਨੇ ਇਹ ਵੀ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਜਿਹੜੇ ਨੇ ਉਹ ਬਿਲਕੁਲ ਜਰਮਨੀ ਦੇ ਵਿੱਚ ਜਿਹੜੇ ਨੇ ਉਹ ਇਕੱਲੇ ਪੈ ਚੁੱਕੇ ਨੇ ਠੀਕ ਹੈ ਔਰ ਨੈਕਸਟ ਬੇਟਾ ਇੱਕ ਨਾਮ ਲਿਖਿਆ ਇਹਨਾਂ ਨੇ ਚਾਰਲੋਟ ਬਰਾਂਡਟ ਠੀਕ ਹੈ ਉਹਨਾਂ ਨੇ ਜਿਹੜਾ ਹੈ ਸੀਕ੍ਰੈਟਲੀ ਜਿਹੜਾ ਹੈ ਉਹ ਆਪਣੀ ਜਿਹੜੀ ਇੱਕ ਡਾਇਰੀ ਲਿਖੀ ਠੀਕ ਹੈ ਉਹਨਾਂ ਨੇ ਆਪਣੇ ਡ੍ਰੀम्स ਜਿਹੜੇ ਲੋਕਾਂ ਦੇ ਹੀ ਉਹਨਾਂ ਨੂੰ ਆਪਣੀ ਡਾਇਰੀਜ਼ ਦੇ ਵਿੱਚ ਜਿਹੜਾ ਨੋਟ ਡਾਊਨ ਕੀਤਾ ਐਂਡ ਜਿਹਨਾਂ ਨੂੰ ਬਾਅਦ ਵਿੱਚ ਪਬਲਿਸ਼ ਕੀਤਾ ਗਿਆ ਐਂਡ ਬੁੱਕ ਦਾ ਨਾਮ ਕੀ ਲਿਖਿਆ ਗਿਆ ਅ ਥਰਡ ਥਰਡ ਰੀਚ ਆਫ ਡ੍ਰੀम्स ਠੀਕ ਹੈ ਇਹੋ ਲੋਕ ਹੀ ਹੈ ਜਿਨ੍ਹਾਂ ਨੂੰ ਕੰਸੈਂਟ੍ਰੇਸ਼ਨ ਕੈਂਪਸ ਵਿੱਚ ਰੱਖਿਆ ਗਿਆ ਹੈਗਾ ਮਾਰਨ ਦੇ ਲਈ ਠੀਕ ਹੈ ਔਰ ਉਹ ਦੱਸਦੇ ਹੈ ਜੀਵਾ ਜੈ ਫੀਮੇਲ ਔਰ ਉਹ ਦੱਸਦੇ ਹੈ ਕਿ ਜਿਹੜੇ ਜੂਜ਼ ਹੀਗੇ ਉਹਨਾਂ ਨੂੰ ਖੁਦ ਐਵੇਂ ਫੀਲ ਹੋਣ ਲੱਗ ਪਿਆ ਹੈਗਾ ਕਿ ਜਿਹੜੇ ਨਾਜ਼ੀ ਜਿਹੜੇ ਸਹੀ ਕਹਿੰਦੇ ਪਹਿ ਸ਼ਾਇਦ ਅਸੀਂ ਸੱਚੀ ਬਹੁਤ ਗਰੇ ਆ ਸ਼ਾਇਦ ਤਾਂ ਹੀ ਹੈ ਸਾਨੂੰ ਮਾਰਿਆ ਜਾਂਦਾ ਪਿਆ ਹੈ ਠੀਕ ਹੈ ਉਹਨਾਂ ਨੂੰ ਮਤਲਬ ਐਵੇਂ ਫੀਰੋਨ ਲੱਗ ਪਿਆ ਕਿ ਜਿੱਦਾਂ 나ਜ਼ੀਜ਼ ਦੁਆਰਾ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਹੂਕ ਨੋਜ਼ਸ ਆ ਜਾਨੀ ਕਿ ਥਾਂ ਡਿੱਗਿਓ ਇਨਾਂ ਕਾ ਠੀਕ ਹੈ ਔਰ ਜਿਹੜੇ ਹੈਗੇ ਆ ਬਲੈਕ ਹੈਅਰ ਨੇ ਬਲੈਕ ਆਈਸ ਨੇ ਠੀਕ ਹੈ ਸੋ ਉਹਨਾਂ ਨੂੰ 나ਜ਼ੀਜ਼ ਸੌਰੀ ਜਿਹੜੇ ਜੂ ਸੀਗੇ ਉਹਨਾਂ ਨੂੰ ਖੁਦ ਐਵੇਂ ਦੀ ਫੀਲਿੰਗ ਉਹਨਾਂ ਨੇ ਦੇਣੀ ਸ਼ੁਰੂ ਕਰ ਦਿੱਤੀ ਕਿ ਸੱਚੀ ਅਸੀਂ ਐਵੇਂ ਦੇਈਆਂ ਔਰ ਅਸੀਂ ਸੱਚੀ ਮਤਲਬ ਬਹੁਤ ਬੁਰੇ ਆ ਇਸ ਲਈ ਸਾਨੂੰ ਜਿਹੜਾ ਉਹ ਮਾਰਿਆ ਜਾ ਰਿਹਾ ਠੀਕ ਹੈ ਸੋ ਜਿਹੜੇ 나ਜ਼ੀ ਪ੍ਰੈਸ ਹੀਗਾ ਉਹਨਾਂ ਨੇ ਜੂਸ ਦੇ ਮਨਾਂ ਦੇ ਵਿੱਚ ਉਹਨਾਂ ਨੇ ਜੂਸ ਦੇ ਮਨਾਂ ਦੇ ਵਿੱਚ ਵੀ ਐਵੇਂ ਦੀ ਫੀਲਿੰਗ ਬਿਠਾ ਦਿੱਤੀ ਕਿ ਉਹ ਜੂਸ ਜਿਹੜੇ ਵੀ ਜਦੋਂ ਮਤਲਬ ਸਪੋਜ਼ ਕਰੋ ਕਿ ਵਿਚਾਰੇ ਸੌਂਦੇ ਹੀ ਸੀਗੇ ਉਦੋਂ ਵੀ ਉਹਨਾਂ ਨੂੰ ਸੁਪਨੇ ਐਵੇਂ ਦੇ ਆਉਂਦੇ ਹੀ ਕਿ ਜਿੱਦਾਂ ਸਾਨੂੰ ਮਾਰਿਆ ਜਾ ਰਿਹਾ ਹੈ ਜਾਂ ਕੁਝ ਕੀਤਾ ਜਾ ਰਿਹਾ ਹੈ ਸਾਡੇ ਨਾਲ ਕੀ ਹੋਊਗਾ ਹੈਨਾ ਸੋ ਨਾ ਤਾਂ ਉਹ ਸੌਂ ਸਕਦੇ ਹੀ ਨਾ ਉਹਨਾਂ ਨੂੰ ਖੁਸ਼ ਖਾਣ ਲਈ ਇੱਛਾ ਮਿਲਦਾ ਹੈਗਾ ਸੋ ਜਿੰਦੇ ਕਿ ਜਦੋਂ ਗੈਸ ਚੈਂਬਰ ਵਿੱਚ ਜਾ ਕੇ ਤੇ ਇੱਕ ਜੀਵ ਜਿਹੜਾ ਹੈਗਾ ਉਹ ਮਰਦਾ ਹੀ ਮਰਦਾ ਹੈਗਾ ਪਰ ਉਸ ਤੋਂ ਪਹਿਲਾਂ ਉਹਨੂੰ ਕਈ ਮੌਤਾਂ ਮਰਨੀਆਂ ਪੈਂਦੀਆਂ ਹੈਗੀਆਂ ਠੀਕ ਹੈ ਕੰਟੀਨਿਊਸਲੀ ਉਹ ਇਸ ਇੱਕ ਸਫਰਿੰਗਸ ਵਿੱਚ ਉਹ ਗੁਜ਼ਰਦਾ ਹੈਗਾ ਇੱਕ ਜਿਹੜਾ ਮੈਂਟਲ ਡੈਥ ਹੈਗੀ ਉਹਦੀ ਬਹੁਤ ਵਾਰ ਹੁੰਦੀ ਹੈਗੀ ਇਹ ਤੋਂ ਪਹਿਲਾਂ ਕਿ ਉਹ ਗੈਸ ਚੈਂਬਰ ਚ ਮਾਰਿਆ ਜਾਵੇ ਇਧਰ ਇੱਕ ਪਿਕਚਰ ਦਿੱਤੀ ਹੋਈ ਹੈ ਇੱਕ ਮਿਲਕ ਕੈਨ ਹੈ ਅਮਰੀਕਨ ਜਿਹੜਾ ਇਹ ਕਾਫੀ ਟਾਈਮ ਬਾਅਦ ਵਿੱਚ ਆਈ ਥਿੰਕ 1950s ਦੇ ਵਿੱਚ ਜਾ ਕੇ ਇਹ ਜਿਹੜਾ ਮਿਲਕ ਕੈਨ ਹੈਗਾ ਇੱਕ ਕੰਸਨਟ੍ਰੇਸ਼ਨ ਕੈਂਪ ਦੇ ਜਿੱਦਾਂ ਉੱਥੇ ਕੁਝ ਡਿਗਿੰਗ ਕੀਤੀ ਗਈ ਜਦੋਂ ਉੱਥੋਂ ਇਹ ਮਿਲਿਆ ਔਰ ਇਹਦੇ ਵਿੱਚ ਜਿਹੜਾ ਹੈ ਕਾਫੀ ਸਾਰੇ ਡਾਕੂਮੈਂਟਸ ਜਿਹੜੇ ਉੱਥੇ ਜਨਰਲ ਕਨਸੈਂਟਰੇਸ਼ਨ ਕੈਂਪ ਵਿੱਚ ਰੱਖਿਆ ਗਿਆ ਲੋਕਾਂ ਨੂੰ ਹੈਗਾ ਉਹਨਾਂ ਨੇ ਕੁਝ ਡਾਕੂਮੈਂਟਸ ਉਹਨਾਂ ਨੇ ਲਿਖ ਕੇ ਔਰ ਇਸ ਮਿਲਕ ਕੈਨ ਦੇ ਵਿੱਚ ਜਿਹੜਾ ਪਾ ਕੇ نیچے ਜਿਹੜਾ ਹੈਗਾ ਉਹ ਧਰਤੀ 'ਚ ਦੱਬੇ ਹੋਏ ਹੀਗੇ ਕਿਉਂਕਿ ਉਹ ਚਾਹੁੰਦੇ ਸੀਗੇ ਕਿ ਉਹਨਾਂ ਨਾਲ ਜੋ ਗਲਤ ਹੋਇਆ ਹੈ ਉਹ ਲੋਕਾਂ ਨੂੰ ਪਤਾ ਲੱਗੇ ਉਹ ਦੁਨੀਆ ਨੂੰ ਪਤਾ ਲੱਗੇ ਹਾਲਾਂਕਿ ਉਹ ਉਹ ਤੇ ਬੱਸ ਨਹੀਂ ਸਕਦੇ ਔਰ ਉਹ ਦੱਸ ਨਹੀਂ ਸਕਦੇ ਦੁਨੀਆ ਨੂੰ ਕਿ ਉਹਨਾਂ ਨਾਲ ਕੀ ਹੁੰਦਾ ਪਿਆ ਹੈ ਬਟ ਉਹ ਦੁਨੀਆ ਨੂੰ ਜ਼ਰੂਰ ਪਤਾ ਲੱਗੇ ਸੋ ਉਹੋ ਜੀ ਇੱਕ ਐਫਰਟ ਹੀ ਜਿਹੜੀ ਇਹਦੇ ਮਿਲਕ ਕੈਨ ਦੇ ਵਿੱਚ ਜਿਹੜਾ ਹੈਗਾ ਕੁਝ ਡ ਰੱਖੇ ਗਏ ਸੀਗੇ ਤਾਂ ਕਿ ਕਦੀ ਇਹਨਾਂ ਨੂੰ ਕੋਈ ਖੋਲ ਕੇ ਵੇਖੇ ਤੇ ਇਹਨਾਂ ਨੂੰ ਪਤਾ ਲੱਗੇ ਕਿ ਉਹਨਾਂ ਨਾਲ ਕੀ ਹੋਇਆ ਹੈ ਇਹ ਬੇਟਾ ਇੱਕ ਨੀਚੇ ਪਿਕਚਰ ਦਿੱਤੀ ਹੋਈ ਹੈ ਜਿਹੜੀ ਕਿ ਇੱਕ ਬੋਟ ਦੀ ਪਿਕਚਰ ਹੈ ਔਰ ਇਹ ਬੋਟ ਜਿਹੜੀ ਹੈ ਡੈਨਮਾਰਕ ਦੀ ਹੈ ਜੇਕਰ ਤੁਸੀਂ ਮੈਪ ਦੇਖੋ ਤਾਂ ਡੈਨਮਾਰਕ ਜਿਹੜਾ ਹੈ ਬਿਲਕੁਲ ਜਰਮਨੀ ਦੇ ਨਦਰਨ ਸਾਈਡ ਤੇ ਪੈ ਜਾਂਦਾ ਹੈ ਇਹ ਉਹ ਪੋਰਟ ਹੈ ਜਿਹਦੇ ਵਿੱਚ ਜਿਹੜੇ ਡੈਨਮਾਰਕ ਦੇ ਜਿਹੜੇ ਯੂਜ਼ ਹੈਗੇ ਉਹਨਾਂ ਨੂੰ ਡੈਨਮਾਰਕ ਜਿਹੜਾ ਹੈਗਾ ਔਰ ਜਰਮਨੀ ਦੇ ਵਿੱਚੋਂ ਆਪਣੇ ਵਾਪਸ ਲੈ ਕੇ ਜਾਂਦਾ ਹੈਗਾ ਬਰਟ ਕਿਉਂਕਿ ਇਹ ਡਾਇਰੈਕਟਲੀ ਨਹੀਂ ਕੀਤਾ ਜਾ ਸਕਦਾ ਸੋ ਇਹ ਕੰਮ ਜਿਹੜਾ ਹੈਗਾ ਮੋਸਟਲੀ ਚੋਰੀ ਰਾਤ ਨੂੰ ਕੀਤਾ ਜਾਂਦਾ ਹੈਗਾ ਠੀਕ ਹੈ ਨੈਕਸਟ ਹੈ ਨੌਲੇਜ ਅਬਾਊਟ ਹੋਲੋਕਾਸਟ ਹੋਲੋਕਾਸਟ ਕੀ ਹੁੰਦਾ ਹੈ ਇੱਕ ਜੇਨੋਸਾਈਡ ਠੀਕ ਹੈ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਮਾਰਿਆ ਜਾਣਾ ਔਰ ਇੱਕ ਪਲਾਨਡ ਵੇ ਦੇ ਨਾਲ ਮਾਰਿਆ ਜਾਣਾ ਇਹ ਨਹੀਂ ਕਿ ਪਤਾ ਨਹੀਂ ਸੀ ਲੱਗਾ ਜਾਂ ਕੁਝ ਐਵੇਂ ਦਾ ਹੋ ਗਿਆ ਜੋ ਸੋਚਿਆ ਨਹੀਂ ਹੀਗਾ ਠੀਕ ਹੈ ਇੱਕ ਪਲਾਨਡ ਵੇ ਦੇ ਨਾਲ ਲੋਕਾਂ ਨੂੰ ਮਾਰਿਆ ਜਾਣਾ ਇਹ ਦੇਖੀ ਨਾਜ਼ੀ ਜਿਹੜੀਆਂ ਪ੍ਰੈਕਟਿਸਿਸ ਇਹ ਕੰਝ ਜੋ ਵੀ ਉਹ ਕਰਦੇ ਰਹੇਗੇ ਇਹ ਮਤਲਬ ਲੋਕਾਂ ਨੂੰ ਬਿਲਕੁਲ ਪਤਾ ਨਹੀਂ ਲੱਗਾ ਕਿ ਉਹ ਕੀ ਕਰਦੇ ਪਏ ਨੇ ਬਸ ਜਦੋਂ ਵਾਰ ਖਤਮ ਹੁੰਦਾ ਹੈ ਜਾਂ ਵਾਰ ਦੇ ਲਾਸਟ ইয়ারਸ ਚੱਲਦੇ ਪਏਗੇ ਉਦੋਂ ਆ ਕੇ ਜਿਹੜਾ ਹੈਗਾ ਉਹ ਦੁਨੀਆ ਨੂੰ ਰਿਅਲਾਈਜ਼ ਹੋਇਆ ਕਿ ਜਰਮਨ ਵਿੱਚ ਕੀ ਚੱਲਦਾ ਪਿਆ ਹੈਗਾ ਠੀਕ ਹੈ ਔਰ ਜਰਮਨਸ ਜਿਹੜੇ ਹੈਗੇ ਜਦੋਂ ਪ੍ਰੀ ਆਕੂਪਾਈਡ ਹੋ ਗਿਆ ਮਤਲਬ ਜਦੋਂ ਉਹਨਾਂ ਦੀ ਬੜੀ ਬੁਰੀ ਹਾਲਤ ਹੋ ਗਈ ਦੇਸ਼ ਫਿਰ ਤੋਂ ਹਾਰ ਗਿਆ ਠੀਕ ਹੈ ਅ ਔਰ ਇਹਨਾਂ ਸਾਰੇ ਕੰਡੀਸ਼ਨ ਵੇਸ ਜਿਹੜੀਆਂ ਨੇ ਜੂਸ ਨੇ ਨਾਲ ਜੋ ਗਲਤ ਕੀਤਾ ਹੈਗਾ ਸੋ ਜੂਸ ਜਿਹੜੇ ਹੈਗੇ ਉਹ ਵੀ ਇਹ ਰਿਅਲਾਈਜ਼ ਕਰਦੇ ਹੈਗੇ ਕਿ ਲੋਕ ਦੁਨੀਆਂ ਨੂੰ ਪਤਾ ਚਲਣਾ ਚਾਹੀਦਾ ਹੈ ਕਿ ਉਹਨਾਂ ਨੂੰ ਕਿਹੜੀਆਂ ਸਫਰਿੰਗਸ ਸਾਲੀ ਗੁਜ਼ਰਨਾ ਪਿਆ ਇਸ ਟਾਈਮ ਪੀਰੀਅਡ ਦੇ ਵਿੱਚ ਕਿਵੇਂ ਉਹਨਾਂ ਨੂੰ ਜਿਹੜਾ ਹੈਗਾ ਗੈਟੋ ਜਿਹੜੇ ਇਨਹਬਿਟੈਂਟਸ ਸੀਗੇ ਉਹਦਾਂ ਵਿੱਚ ਉਹਨਾਂ ਨੂੰ ਕਿਵੇਂ ਰੱਖਿਆ ਜਾਂਦਾ ਹੈਗਾ ਔਰ ਕਿਵੇਂ ਉਹਨਾਂ ਦੇ ਨਾਲ ਉਹਨਾਂ ਨੂੰ ਮਾਰਿਆ ਜਾਂਦਾ ਹੈਗਾ ਗੈਸ ਚੈਂਬਰਸ ਦੇ ਵਿੱਚ ਕਿੰਨੇ ਕੇ ਇਕ ਗੈਟੋ ਵਿੱਚ ਇੱਕ ਇਨਹਬਿਟੈਂਟ ਹੀਗਾ ਇੱਕ ਜੀਵ ਹੀਗਾ ਜਿਹਦੇ ਵਿੱਚ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਉਹਨੇ ਸਿਰਫ ਇਹ ਨਹੀਂ ਚੱਲ ਗਈ ਕਿ ਮੈਂ ਇਹ ਯੁੱਧ ਖਤਮ ਹੋਣ ਤੋਂ ਬਾਅਦ ਸਿਰਫ ਅੱਧਾ ਘੰਟਾ ਜੀਉਣਾ ਚਾਹੁੰਦਾ ਹੈ ਕਿਉਂ ਨੇ ਮੈਂ ਕਿਹਾ ਕਿਉਂਕਿ ਉਹ ਚਾਹੁੰਦਾ ਹੈਗਾ ਕਿ ਮੈਂ ਦੱਸ ਸਕਾਂ ਦੁਨੀਆ ਨੂੰ ਕਿ ਮੇਰੇ ਨਾਲ ਕੀ ਹੋਇਆ ਹੈ ਜਾਂ ਮੇਰੇ ਨਾਲ ਦੇ ਮੇਰੀ ਫੈਮਿਲੀ ਹੈ ਮੇਰੇ ਦੂਜੇ ਪਰਿਵਾਰ ਮੈਂਬਰ ਨੇ ਉਹਨਾਂ ਸਭ ਦੇ ਨਾਲ ਕੀ ਹੁੰਦਾ ਪਿਆ ਹੈ ਠੀਕ ਹੈ ਸੋ ਇਹ ਐਵੇਂ ਦੀ ਜਿਹੜੀ ਮੈਲਟਰ ਜਿਹੜੀ ਕੰਡੀਸ਼ਨ ਹੈਗੀ ਉਸ ਟਾਈਮ ਤੇ ਲੋਕਾਂ ਦੀ ਸੀਗੀ ਇਹਦੇ ਇਹਦੇ ਲਈ ਕਈ ਲੋਕਾਂ ਨੇ ਕੁਝ ਜਿਹੜੇ ਆ ਉਹ ਡਾਕੂਮੈਂਟਸ ਵਗੈਰਾ ਜਿਹੜੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਮਿਲਕ ਕੈਨਵਸ ਛੁਪਾ ਕੇ ਰੱਖੇਗੇ ਇਹਦੇ ਨੇ ਡਾਕੂਮੈਂਟਸ ਜਿਹੜੇ ਹੈਗੇ ਉਹ ਕੈਂਪ ਦੇ ਵਿੱਚ ਕਈ ਲੋਕਾਂ ਨੇ ਛੁਪਾ ਕੇ ਛੱਡ ਦਿੱਤੇ ਤਾਂ ਕਿ ਜਿਹੜਾ ਬਾਕੀ ਲੋਕ ਨੇ ਉਹਨਾਂ ਨੂੰ ਪਤਾ ਲੱਗ ਸਕੇਗੇ ਇੱਥੇ ਕੀ ਹੋਇਆ ਹੈ ਕਈ ਨੋਟਬੁక్స్ ਜਿਹੜੀਆਂ ਉਹਨਾਂ ਦੇ ਕੋਲ ਹੈਗੀਆਂ ਡਾਇਰੀਜ਼ ਲਿਖਦੇ ਸੀ ਕੁਝ ਠੀਕ ਹੈ ਕੁਝ ਆਰਚੀਵਸ ਮਿਲਦੇ ਨੇ ਆਰਚੀਵਸ ਕੀ ਨੇ ਕਿ ਜਿਹੜੇ ਪੁਰਾਣੇ ਟਾਈਮ ਦਾ ਕੋਈ ਰਿਕਾਰਡ ਹੁੰਦਾ ਹੈ ਠੀਕ ਹੈ ਨੈਕਸਟ ਹੈ ਬੱਚੇ ਕਿੰਦੇ ਕਿਉਂ ਦਾ ਆਦਰ ਹੈਂਡ ਵੈਨ ਦਾ ਵਾਰ ਸੀਮਡ ਲਾਸਟ ਦੈਨ ਜਦੋਂ ਲੱਗਦਾ ਹੈ ਕਿ ਨਾਜ਼ੀਸ ਨੂੰ ਲੱਗਦਾ ਹੈ ਕਿ ਹੁਣ ਅਸੀਂ ਹਾਰ ਜਾਣਾ ਦੈਨ ਉਹ ਕੀ ਕਰਦੇ ਆ ਉਹ ਸਰ ਦੇ ਸਾਰੇ ਇੰਨੇ ਵੀ ਡਾਕੂਮੈਂਟਸ ਸੀਗੇ ਉਹਨਾਂ ਨੂੰ ਪੈਟਰੋਲ ਡਿਸਟ੍ਰਿਬਿਊਟ ਕੀਤਾ ਜਾਂਦਾ ਹੈ ਸਾਰੀਆਂ ਫੰਕਸ਼ਨਰੀਜ਼ ਨੂੰ ਸਾਰੇ ਡਿਪਾਰਟਮੈਂਟਸ ਜਿੱਥੇ ਜਿੱਥੇ ਵੀ ਉਹ ਬਣਾਏਗੇ ਇਹ ਹੀਗੇ ਚੈਂਬਰ ਜੀਗੇ ਚਾਹੇ ਹੋ ਜਾਂ ਕੁਛ ਵੀ ਹੀਗਾ ਸੋ ਸਾਰਿਆਂ ਨੂੰ ਪੈਟਰੋਲ ਦਿੱਤਾ ਜਾਂਦਾ ਹੈ ਔਰ ਸਾਦੇ ਸਾਰੇ ਡਾਕੂਮੈਂਟਸ ਜਿਹੜੇ ਆ ਉਹਨਾਂ ਨੂੰ ਡਿਸਟਰੋਏ ਕਰੰਦਾ ਜਿਹੜਾ ਆਰਡਰ ਹੈ ਉਹ ਦਿੱਤਾ ਜਾਂਦਾ ਹੈ ਤਾਂ ਕਿ ਦੁਨੀਆ ਨੂੰ ਕੁਛ ਨਾ ਪਤਾ ਲੱਗ ਸਕੇ ਕਿ ਇੱਥੇ ਕੀ ਹੁੰਦਾ ਰਿਹਾ ਹੈਗਾ ਠੀਕ ਹੈ ਬਟ ਜਿਹੜੀ ਹਿਸਟਰੀ ਹੈ ਉਹ ਕਦੀ ਵੀ ਜਿਹੜਾ ਹੈ ਉਹ ਲੁਕੀ ਨਹੀਂ ਰਹਿੰਦੀ ਉਹ ਕਿਸੇ ਨਾ ਕਿਸੇ ਤਰੀਕੇ ਬਾਹਰ ਆ ਹੀ ਜਾਂਦੀ ਹੈ ਠੀਕ ਹੈ ਸੋ ਕਹਿੰਦੇ ਕਿ ਜਿਹੜੀ ਹਿਸਟਰੀ ਹੈ ਜਾਂ ਜਿਹੜੀ ਮੈਮਰੀ ਹੈ ਹਾਲੋਕਾਸਟ ਦੀ ਠੀਕ ਹੈ ਇਹ ਲੋਕਾਂ ਦੇ ਦਿਮਾਗ 'ਚ ਹਮੇਸ਼ਾ ਜਾਂ ਰਹੂਗੀ ਠੀਕ ਹੈ ਔਰ ਜਿਹੜੀਆਂ ਫਿਕਸ਼ਨਸ ਨੇ ਡਾਕੂਮੈਂਟਰੀਜ਼ ਨੇ ਪੋਇਟਰੀ ਹੈ ਮੈਮੋਰੀਏਬਲ ਮੈਮੋਰੀਅਲਸ ਨੇ ਮਿਊਜ਼ੀਅਮਸ ਨੇ ਬਹੁਤ سارے ਵਰਡ ਦੇ ਪਾਰਟਸ ਵਿੱਚ ਬਣੇ ਹੋਏ ਨੇ ਠੀਕ ਹੈ ਬਹੁਤ سارے ਲੋਕਾਂ ਨੇ ਇਹਦੇ ਬਾਰੇ ਪੋਇਟਰੀ ਲਿਖੀ ਗੋ ਡਾਕੂਮੈਂਟਰੀ ਫਿਲਮਸ ਬਣੀਆਂ ਠੀਕ ਹੈ ਮੈਮੋਰੀਅਲਸ ਕਈ ਸਾਰੇ ਲਿਖੇ ਗਏ ਮਿਊਜ਼ੀਅਮ ਬਹੁਤ ਬਣੇ ਆ ਠੀਕ ਹੈ ਉਸੋ ਸਾਰੇ ਵਰਡ ਦੇ ਵਿੱਚ ਇਹ ਇਹ ਇਨ ਐਵੇਂ ਇਹਨਾਂ ਦੀ ਯਾਦ ਦੇ ਵਿੱਚ ਕੁਛ ਨਾ ਕੁਛ ਬਣਿਆ ਹੈ ਠੀਕ ਹੈ ਇਹ ਸਿਰਫ ਇੱਕ ਟ੍ਰਿਬਿਊਟ ਹੈ ਠੀਕ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਨਾਲ ਕੁਝ ਗਲਤ ਹੋਇਆ ਠੀਕ ਹੈ ਔਰ ਉਹਨਾਂ ਲੋਕਾਂ ਲਈ ਇੱਕ ਰਿਮਾਈਂਡਰ ਹੈ ਜਿਹੜੇ ਕਿ ਇਸ ਕੰਮ ਗਲਤ ਕੰਮ ਵਿੱਚ ਜਟਾਏਗਾ ਹਿਟਲਰ ਦਾ ਜਨ ਨਾਜ਼ੀ ਜਰਮਨੀ ਦਾ ਸਾਹ ਦਿੰਦੇ ਰਹੇ ਔਰ ਇੱਕ ਵਾਰਨਿੰਗ ਹੈ ਕਹਿੰਦੇ ਇਹ ਸਾਰੀਆਂ ਚੀਜ਼ਾਂ ਜਿੰਨੇ ਵੀ ਮਿਊਜ਼ੀਅਮ ਬਣੇ ਹੋਏ ਆ ਚਾਹੇ ਡਾਕੂਮੈਂਟਰੀਜ਼ ਨੇ ਕੁਝ ਵੀ ਹੈ ਇਹ ਸਾਰੇ ਵਾਰਨਿੰਗ ਨੇ ਉਹਨਾਂ ਲੋਕਾਂ ਲਈ ਜਿਹੜਾ ਇਹਨਾਂ ਸਭ ਕੁਝ ਹੁੰਦਾ ਵੇਖ ਕੇ ਵੀ ਚੁੱਪ ਰਹੇ ਠੀਕ ਹੈ ਨੈਕਸਟ ਦੇ ਬੇਟਾ ਇਧਰ ਇੱਕ ਮਹਾਤਮਾ ਗਾਂਧੀ ਦੀ ਇੱਕ ਜਿਹੜੇ ਆਪਣੇ ਰਾਸ਼ਟਰ ਪਿਤਾ ਹੈਗੇ ਉਹਨਾਂ ਦੀ ਇੱਕ ਚਿੱਠੀ ਹੈ ਜਿਹੜੀ ਉਹਨਾਂ ਨੇ ਕਿ ਹਿਟਲਰ ਨੂੰ ਲਿਖੀ ਹੈਗੀ ਤੁਸੀਂ ਰੀਡ ਕਰ ਲੈਣਾ ਠੀਕ ਹੈ ਸੋ ਇਹ ਚਿੱਠੀਆਂ ਨੇ ਦੋ ਠੀਕ ਹੈ ਜਿਹੜੀਆਂ ਉਹਨਾਂ ਨੇ ਹਿਟਲਰ ਨੂੰ ਲਿਖੀਆਂ ਹੈਗੀਆਂ ਔਰ ਆਪਣੀ ਨਾਰਾਜ਼ਗੀ ਜਤਾਈ ਹੈਗੀ ਜੋ ਵੀ ਉਹਨਾਂ ਨੇ ਕੀਤਾ ਹੈਗਾ ਠੀਕ ਹੈ ਸੋ ਆਪਣਾ ਚੈਪਟਰ ਖਤਮ ਹੋ ਗਿਆ ਹੈ ਸੋ ਥੈਂਕ ਯੂ ਬਾਚਾਪਾ ਮੈਂ ਅੱਗੇ ਤੁਹਾਨੂੰ ਕੁਸ਼ਨ ਆਨਸਰ ਜਿਹੜੇ ਉਹ ਦਵਾਂਗੀ